ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਹੜੀ ਸੀਟ ਹੈ ਇਸ ਸਮੇਂ ਹੌਟ ਸੀਟ ਬਣੀ ਹੋਈ ਹੈ ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੇ ਸਟਾਰ ਪ੍ਰਚਾਰਕ ਦੀ ਗੱਲ ਕਰੀਏ ਤਾਂ ਇੱਥੇ ਪਹੁੰਚ ਚੁੱਕੇ ਨੇ ਕਿਉਂਕਿ ਇਹ ਜਿਹੜੀ ਸੀਟ ਹੈ ਪਿਛਲੇ ਲੰਬੇ ਸਮੇਂ ਤੋਂ ਬੀਜੇਪੀ ਦੇ ਉਮੀਦਵਾਰ ਹੀ ਇੱਥੇ ਜਿਹੜੇ ਕਾਬਿਜ਼ ਰਹੇ ਸੀਗੇ ਔਰ ਇਸ ਵਾਰ ਜਿਹੜੀ ਦੌੜ ਹੈ ਥੋੜ੍ਹੀ ਵੱਧ ਚੁੱਕੀ ਹੈ ਕਿਉਂਕਿ ਇਸ ਵਾਰ ਜੇ ਅਸੀਂ ਗੱਲ ਕਰੀਏ ਤਾਂ ਬੀਜੇਪੀ ਤੋਂ ਦਿਨੇਸ਼ ਬੱਬੂ, ਸ਼੍ਰੋਮਣੀ ਅਕਾਲੀ ਦਲ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਜੀ, ਇਸ ਤੋਂ ਬਾਅਦ ਸ਼ੈਰੀ ਕਲਸੀ ਬਟਾਲਾ ਤੋਂ ਆਮ ਆਦਮੀ ਪਾਰਟੀ ਤੋਂ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਡੇਰਾ ਬਾਬਾ ਨਾਨਕ ਤੋਂ ਬਿਲੋਂਗ ਕਰਦੇ ਨੇ ਔਰ ਕਾਂਗਰਸ ਪਾਰਟੀ ਤੋਂ ਇਸ ਵਾਰ ਉਮੀਦਵਾਰ ਐਲਾਨੇ ਗਏ ਸੀ। ਇਲੈਕਸ਼ਨ ਦੀ ਗੱਲ ਕਰ ਲਈਏ ਤਾਂ ਇੱਕ ਦਿਨ ਸਿਰਫ ਜਿਹੜਾ ਪ੍ਰਚਾਰ ਦਾ ਹੁਣ ਬਾਕੀ ਬਚਿਆ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਡਾਕਟਰ ਦਲਜੀਤ ਸਿੰਘ ਚੀਮਾ ਜੀ, ਸ਼੍ਰੋਮਣੀ ਅਕਾਲੀ ਦਲ ਤੋਂ। ਖਾਸ ਤੌਰ ਤੋਂ ਇਸ ਸਮੇਂ ਜਿਹੜੀ ਗੁਰਦਾਸਪੁਰ ਦੀ ਸੀਟ ਹੌਟ ਸੀਟ ਹੋਣ ਦੇ ਬਾਵਜੂਦ ਜਿਹੜਾ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ। ਸਰ, ਸਭ ਤੋਂ ਪਹਿਲੇ ਸਵਾਗਤ ਹੈ ਡੇਲੀ ਪੋਸਟ ਤੇ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਸਭ ਤੋਂ ਪਹਿਲਾਂ ਜਿਹੜਾ ਅਹਿਮ ਸਵਾਲ ਹੈ ਕਿ ਇਸ ਵਾਰ ਕਿਹੜੇ ਕਿਹੜੇ ਜਿਹੜੇ ਮੁੱਦੇ ਹੈ ਤੁਸੀਂ ਆਮ ਜਨਤਾ ਦੇ ਵਿੱਚ ਜਿਹੜੇ ਲੈ ਕੇ ਜਾ ਰਹੇ ਹੋ? ਦੇਖੋ, ਗੱਲ ਇਹ ਹੈ ਕਿ ਗੁਰਦਾਸਪੁਰ ਦੇ ਵਿੱਚ ਤਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਕਿ ਇੱਥੇ 20-25 ਸਾਲ ਤੋਂ ਜਿੰਨੇ MP ਜਿੱਤ ਕੇ ਜਾਂਦੇ ਰਹੇ ਆ, ਕੋਈ ਵੀ ਵਾਪਸ ਲੋਕਾਂ 'ਚ ਨਹੀਂ ਆਉਂਦਾ। ਫਿਲਮ ਸਟਾਰ ਇੱਥੇ ਜ਼ਿਆਦਾਤਰ ਜਿੱਤਦੇ ਰਹੇ ਜਾਂ ਸੁਨੀਲ ਜਾਖੜ ਜੀ ਕਾਂਗਰਸ ਦੇ MP ਬਣੇ। ਲੋਕਾਂ ਦਾ ਬੜਾ ਵੱਡਾ ਗਿਲਾ ਕਿ ਕਿਸੇ ਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਸਾਡੇ ਵਾਸਤੇ ਆਵਾਜ਼ ਨਹੀਂ ਉਠਾਈ ਔਰ ਕੋਈ ਵਾਪਸ ਆ ਕੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਜਿਹੜੀ ਹੈ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਕਰਕੇ ਇੱਕ ਲੋਕਾਂ ਦਾ ਜਿਵੇਂ ਕਹਿ ਲਓ ਕਿ ਪਾਰਟੀਆਂ ਤੋਂ ਮਨ ਖੱਟਾ ਹੋਇਆ। ਹੁਣ ਨਾ BJP ਉਸ ਗੱਲ ਦਾ ਜਵਾਬ ਦੇ ਪਾ ਰਹੀ ਹੈ, ਨਾ ਜਿਹੜੀ ਹੈ ਕਾਂਗਰਸ ਪਾਰਟੀ ਉਸ ਗੱਲ ਦਾ ਜਵਾਬ ਦੇ ਪਾ ਰਹੀ ਹੈ ਕਿ ਆਫਟਰ ਆਲ ਜਦੋਂ ਤੁਹਾਡੇ MP ਇੰਨੀ ਵਾਰੀ ਬਣਦੇ ਰਹੇ ਆ ਅਤੇ ਕਾਰਨ ਕੀ ਹੈ ਕਿ ਇਸ ਗੁਰਦਾਸਪੁਰ ਇਲਾਕੇ ਦੀ ਆਵਾਜ਼ 20-25 ਸਾਲ ਤੱਕ ਉੱਥੇ ਪਾਰਲੀਮੈਂਟ 'ਚ ਪਹੁੰਚੀ ਨਹੀਂ, ਜਦੋਂ ਕਿ ਇਲਾਕਾ ਬੜਾ ਮੁਸ਼ਕਿਲ ਭਰਿਆ। ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਹੈ, ਇੱਕ ਪਾਸੇ ਹਿਮਾਚਲ ਹੈ, JNK ਹੈ ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਡਿਸਕ੍ਰਿਮੀਨੇਟਰੀ ਪੋਲਸੀਜ਼ ਆ, ਪੱਖਪਾਤ ਵਾਲੀਆਂ ਨੀਤੀਆਂ ਕੇਂਦਰ ਸਰਕਾਰ ਦੀਆਂ, ਉਹਨੇ ਸਾਡੇ ਇਸ ਇਲਾਕੇ ਦੀ ਇੰਡਸਟਰੀ ਦਾ, ਵਪਾਰ ਦਾ, ਵੈਸੇ ਤਾਂ ਸਾਰੇ ਪੰਜਾਬ ਦੇ ਨੁਕਸਾਨ ਕੀਤਾ ਪਰ ਜਦੋਂ ਬਿਲਕੁਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਰਿਆਇਤਾਂ ਮਿਲਦੀਆਂ ਹੁਣ, ਇੰਡਸਟਰੀ ਲਾਉਣ ਵਾਸਤੇ ਕਨਸੈਸ਼ਨ ਮਿਲਦੀਆਂ ਹੁਣ, ਅਤੇ ਜਿਹੜੇ ਪਠਾਨਕੋਟ, ਗੁਰਦਾਸਪੁਰ, ਬਟਾਲਾ ਇੱਥੇ ਦੀ ਇੰਡਸਟਰੀ ਦੇ ਵਪਾਰ 'ਤੇ ਜ਼ਿਆਦਾ ਵੱਧ ਅਸਰ ਪੈਂਦਾ। ਸੋ ਅਕਾਲੀ ਦਲ ਇਸ ਵਾਰ ਜੇ ਅਸੀਂ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਕਿਹੜੇ ਕਿਹੜੇ ਮੁੱਦੇ ਆ ਜਿਹੜੀ ਜਨਤਾ ਦੇ ਵਿੱਚ ਲੈ ਕੇ ਜਾ ਰਹੀ ਹੈ? ਸਭ ਤੋਂ ਜ਼ਿਆਦਾ ਜਿਹੜੀ ਹੈ ਇੰਸ਼ੋਰੈਂਸ ਜਿਹੜੀਆਂ ਹਰ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਚੋਣ ਮੈਨੀਫੈਸਟੋ ਦੀ ਅਸੀਂ ਗੱਲ ਕਰਦੇ ਹਾਂ, ਤਾਂ ਇਸ ਵਾਰ ਜਿਹੜੀ ਗਰੰਟੀਆਂ ਨੇ ਉਹ ਅਕਾਲੀ ਦਲ ਵੱਲੋਂ ਕਿਹੜੀ ਕਿਹੜੀ ਦਿੱਤੀ? ਦੇਖੋ, ਸਾਡਾ ਸਭ ਤੋਂ ਵੱਡੀ ਤਾਂ ਗੱਲ ਹੈ ਕਿ ਕਿਸਾਨੀ ਦਾ ਮਸਲਾ ਹੱਲ ਹੋਣਾ ਚਾਹੀਦਾ, ਉਹਨਾਂ ਨੂੰ MSP ਦੀ ਗਰੰਟੀ ਮਿਲਣੀ ਚਾਹੀਦੀ ਹੈ ਅਤੇ ਖੇਤ ਮਜ਼ਦੂਰ ਦੀ ਵੀ ਕਿਸਾਨ ਦੇ ਨਾਲ ਜਿਹੜੀ ਹੈ ਉਹਦੀ ਵੀ ਭਰਪਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਸਭ ਤੋਂ ਵੱਡਾ ਮੁੱਦਾ ਕਿਸਾਨੀ ਦਾ। ਦੂਜਾ ਸਾਡਾ ਮੁੱਦਾ ਕਿ ਜਿਹੜੇ ਸਾਡੇ ਪੰਥਕ ਇਸ਼ੂ ਨੇ, ਸਾਡੀਆਂ ਸਿੱਖ ਕੌਮ ਦੀਆਂ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਨਾ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਇਹ ਵੀ ਸਾਡੇ ਬੜੇ ਵੱਡੇ ਮੁੱਦੇ ਨੇ, ਜਜ਼ਬਾਤੀ ਮੁੱਦੇ ਨੇ। ਇਸ ਤਰ੍ਹਾਂ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਹੋਵੇ, ਇਹ ਬੜੀ ਵੱਡੀ ਪੰਜਾਬ ਦੀ ਲੋੜ ਹੈ ਕਿਉਂਕਿ ਆਰਥਿਕ ਤੌਰ 'ਤੇ ਪੰਜਾਬ ਬਹੁਤ ਕਰਜ਼ਾਈ ਹੋ ਚੁੱਕਿਆ। ਇਸ ਵੇਲੇ 73,000 ਕਰੋੜ ਰੁਪਇਆ ਤਾਂ ਇਸ ਸਰਕਾਰ ਨੇ 2-2.5 ਸਾਲਾਂ ਦੇ ਵਿੱਚ ਹੀ ਇੰਨਾ ਕਰਜ਼ਾ ਹੋ ਚੜਾ ਤਾ। ਇਸ ਕਰਕੇ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹੇ, ਉਹਦੇ ਨਾਲ ਖੁਸ਼ਹਾਲੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਵੇ, ਇੰਡਸਟਰੀ ਟ੍ਰੇਡ ਸਾਡਾ ਵਧੇ, ਇਹ ਚੀਜ਼ ਬੜੀ ਇੰਪੋਰਟੈਂਟ ਹੈ। ਬਾਕੀ ਮੇਰੇ ਇਲਾਕੇ ਦੇ ਵਿੱਚ ਕੰਢੀ ਏਰੀਆ ਡਿਵੈਲਪਮੈਂਟ ਬੋਰਡ ਬਣੇ ਔਰ ਨਾਲ ਜਿਹੜੀ ਆ ਬਾਰਡਰ ਏਰੀਆ ਡਿਵੈਲਪਮੈਂਟ ਬੋਰਡ ਬਣੇ। ਇੱਕ ਸਿਹਤ ਸਹੂਲਤਾਂ ਦੇ ਪੱਖੋਂ ਇਲਾਕਾ ਬੜਾ ਪਿੱਛੇ ਆ,
ਉਧਰਲੀ ਏਮਜ਼ ਵਰਗੀ ਕੋਈ ਵੱਡੀ ਸੰਸਥਾ ਸਿਹਤ ਦੀ ਉਹ ਇੱਥੇ ਇਸ ਇਲਾਕੇ 'ਚ ਬਣਨੀ ਚਾਹੀਦੀ ਹੈ। ਉਹ ਸੜਕਾਂ ਦੀ ਹਾਲਤ ਬਹੁਤ ਮਾੜਾ, ਕੰਢੀ ਏਰੀਏ 'ਚ ਤੁਸੀਂ ਜਾਓ ਅਤੇ ਲੋਕਾਂ ਦੀਆਂ ਮੁਸ਼ਕਲਾਂ ਮੁਸ਼ਕਲਾਂ ਨੇ। ਜਿਹੜੀ ਧਾਰ ਬਲਾਕ ਤੁਸੀਂ ਮੈਂ ਜਾ ਕੇ ਆਇਆ, ਬਹੁਤ ਮੁਸ਼ਕਲ ਹੈ ਲੋਕਾਂ ਦਾ ਜੀਵਨ ਉਹਨਾਂ ਵਾਸਤੇ ਜਿਹੜੀ ਹੈ ਜੀਵਨ ਦੇ ਸੁਧਾਰ ਵਾਸਤੇ ਨੀਤੀਆਂ। ਕੰਢੀ ਏਰੀਏ ਦੀ ਗ੍ਰਾਂਟ ਮਿਲਣੀ ਚਾਹੀਦੀ ਹੈ ਤਾਂ ਜੋ ਪਿੰਡਾਂ ਦਾ ਜਨ ਜੀਵਨ ਹੋਰ ਸੁਖੀ ਹੋਵੇ, ਕੋਈ ਪ੍ਰੋਜੈਕਟ ਅੱਛਾ ਲੱਗੇ ਜਿਹੜੇ ਰੁਜ਼ਗਾਰ ਸਾਡੇ ਬੱਚਿਆਂ ਨੂੰ ਮਿਲੇ। ਇਹ ਚੀਜ਼ਾਂ ਨੇ ਜਿਹੜੀਆਂ ਮੁੱਖ ਤੌਰ 'ਤੇ। ਫਿਰ ਦਰਿਆਵਾਂ ਦਾ ਇਲਾਕਾ, ਉੱਥੇ ਦਰਿਆਵਾਂ ਦੇ ਉੱਤੇ ਪੁਲ ਬਣਨ ਵਾਲੇ ਆ, ਮਕੌੜਾ ਪੱਤਣ ਹੈ, ਮਰਾੜਾ ਪੱਤਣ ਹੈ, ਬਹੁਤ ਲੋਕ ਦੁਖੀ ਆ। ਗੰਨਾ ਨਹੀਂ ਲਿਜਾ ਸਕਦੇ ਉੱਧਰ ਉੱਧਰ, ਲੜਕੀਆਂ ਨਹੀਂ ਪੜ੍ਹਨ ਜਾ ਸਕਦੀਆਂ। ਇਸ ਕਰਕੇ ਸਾਰੇ ਜਿਹੜੇ ਆ ਕੁੱਲ ਮਿਲਾ ਕੇ ਬਹੁਤ ਵੱਡੇ ਇਸ਼ੂ ਨੇ। ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦਾ ਇਸ਼ੂ ਆ, ਅਤੇ ਮੇਰੀ ਕੋਸ਼ਿਸ਼ ਇਹੀ ਹੋਊਗੀ ਕਿ ਇੱਕ ਇੱਕ ਕਰਕੇ ਮਸਲੇ ਪਾਰਲੀਮੈਂਟ ਵਿੱਚ ਉਠਾਏ ਜਾਣ ਅਤੇ ਲੋਕਾਂ ਨੂੰ ਰਿਲੀਫ ਜਿਹੜਾ ਉਹ ਦਵਾਇਆ ਜਾਣ। ਖਾਸ ਤੌਰ 'ਤੇ ਮਹਿਲਾਵਾਂ ਦੀ ਗੱਲ ਕਰ ਲਈਏ, ਹਰ ਪਾਰਟੀ ਦੇ ਵੱਲੋਂ ਜਿਹੜਾ ਮਹਿਲਾਵਾਂ ਲਈ ਬਹੁਤ ਸਾਰੇ ਜਿਹੜੇ ਆ, ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵਾਅਦਾ ਕੀਤਾ ਸੀ, ਹਾਲੇ ਤੱਕ ਉਹ ਪੂਰਾ ਤਾਂ ਨਹੀਂ ਹੋ ਪਾਇਆ। ਇਸ ਵਾਰ ਕਾਂਗਰਸ ਪਾਰਟੀ ਨੇ ਜਿਹੜਾ 1 ਲੱਖ ਰੁਪਏ ਤੱਕ ਦਾ ਜਿਹੜਾ ਕੀਤਾ, ਮਹਿਲਾਵਾਂ ਲਈ ਕੀ ਕੋਈ ਪ੍ਰਾਵਧਾਨ ਜਿਹੜਾ ਰੱਖਿਆ ਗਿਆ ਇਸ ਦੇ ਵਿੱਚ ਤੁਹਾਡੀ ਗਰੰਟੀ? ਦੇਖੋ, ਸਾਡੇ ਏਰੀਏ 'ਚ ਤਾਂ 1,000 ਰੁਪਏ ਦਾ ਇਸ਼ੂ ਤਾਂ ਹੈਗਾ ਹੀ ਹੈਗਾ ਸੀ, ਜਿਹੜਾ ਇਹਨਾਂ ਨੇ ਝੂਠ ਬੋਲਿਆ ਅਤੇ ਆਮ ਆਦਮੀ ਪਾਰਟੀ। ਪਰ ਇੱਥੇ ਤਾਂ ਸਭ ਤੋਂ ਵੱਡਾ ਇਸ਼ੂ ਬਣ ਗਿਆ ਕਿ ਮਹਿਲਾਵਾਂ ਨੂੰ ਇੱਜ਼ਤ ਤਾਂ ਪਹਿਲਾਂ ਦਿਓ। ਇੱਥੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਆਡੀਓ ਵਾਇਰਲ, ਮੈਂ ਇਹੀ ਸਵਾਲ 'ਤੇ ਆ ਰਿਹਾ ਸੀਗਾ, ਇੱਕ ਆਡੀਓ ਜਿਹੜੇ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਵਾਇਰਲ ਹੋ ਰਹੀ ਹੈ, ਉਸ ਨੂੰ ਲੈ ਕੇ ਤੁਹਾਡਾ ਜਿਹੜਾ? ਮੈਂ ਇਹੀ ਕਹਿਣਾ ਵੀ ਇੱਥੇ ਤਾਂ ਲੋਕਾਂ ਦੀ ਪਹਿਲੀ ਗੱਲ ਹੈ ਕਿ ਧੀ ਭੈਣ ਨੂੰ ਇੱਜ਼ਤ ਤਾਂ ਦਿਓ। ਜਿਹੜੇ ਬੰਦੇ ਇਲੈਕਸ਼ਨ 'ਚ ਖੜ੍ਹੇ ਆ, ਇੰਨੀ ਮਾੜੀ ਸ਼ਬਦਾਵਲੀ ਮਸੀਹ ਭਾਈਚਾਰੇ ਦੀਆਂ ਔਰਤਾਂ ਵਾਸਤੇ, ਬੇਟੀਆਂ ਵਾਸਤੇ, ਇਸ ਤਰ੍ਹਾਂ ਦਾ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਰੰਧਾਵਾ ਸਾਹਿਬ ਨੇ ਕੀਤੀ ਹੈ, ਉਹ ਲਫ਼ਜ਼ ਵੀ ਤੁਸੀਂ ਟੀਵੀ ਦੇ ਉੱਤੇ ਦੁਹਰਾ ਨਹੀਂ ਸਕਦੇ। ਇਸ ਤੋਂ ਵੱਧ ਸ਼ਰਮ ਵਾਲੀ ਗੱਲ ਕੀ ਹੈ ਕਿ ਜਿਨ੍ਹਾਂ ਲੋਕਾਂ ਨੇ ਨੁਮਾਇੰਦਗੀ ਕਰਨੀ ਹੈ, ਜਿਹੜੇ ਅੱਗੇ ਮੰਤਰੀ ਰਹੇ ਆ, ਉਹਨਾਂ ਦੀ ਸੋਚ ਇੰਨੀ ਮਾੜੀ ਹੈ ਗਰੀਬ ਲੋਕਾਂ ਵਾਸਤੇ, ਮਸੀਹ ਭਾਈਚਾਰੇ ਵਾਸਤੇ, ਉਹਨਾਂ ਦੀਆਂ ਔਰਤਾਂ ਵਾਸਤੇ, ਕਿ ਉਹ ਇਹੋ ਜਿਹੇ ਓਪਨਲੀ ਜਿਹੜੀ ਹੈ ਟੈਲੀਫੋਨ 'ਤੇ ਗੱਲਾਂ ਕਰਦੇ ਆ, ਜਿਹੜੇ ਆ ਇੰਨਾ ਕੁਛ ਉਹਨਾਂ ਬਾਰੇ ਕਹਿ ਰਹੇ ਆ। ਅਤੇ ਇੱਥੇ ਤੁਸੀਂ ਔਰਤ ਨੂੰ ਹੋਰ ਕੁਛ ਨਾ ਦਿਓ, ਉਹਨੂੰ ਸਨਮਾਨਜਨਕ ਜਿਹੜਾ ਉਹਨੂੰ ਸਮਾਜ ਦੇ ਵਿੱਚ ਰਹਿਣ ਦਾ ਹੱਕ ਤਾਂ ਦਿਓ। ਅਤੇ ਹੁਣ ਰੰਧਾਵਾ ਸਾਹਿਬ ਡਰਾਮੇ ਕਰਦੇ ਪਏ ਵੀ ਮੈਂ FIR ਲਿਖਾਈ, ਵੀ FIR ਤਾਂ ਤੁਹਾਡੇ 'ਤੇ ਹੋਣੀ ਸੀ, ਗੁਨਾਹ ਤੁਸੀਂ ਕੀਤਾ। ਤੁਸੀਂ ਆਪ ਆਪਣੇ ਮੂੰਹ ਤੋਂ ਆਪਣੇ ਕਿਸੇ ਜਿਹੜਾ ਕੌਨਫੀਡੈਂਸ ਵਾਲੇ ਬੰਦੇ ਦੇ ਨਾਲ ਗੱਲ ਕਰਕੇ ਅਤੇ ਉਹਨਾਂ ਜਿਹੜੀਆਂ ਬੀਬੀਆਂ ਦੀ ਇੱਜ਼ਤ ਉਛਾਲ ਰਹੇ ਹੋ, ਅਤੇ ਹੁਣ ਸਾਰੀ ਗੱਲ ਨੰਗੀ ਹੋ ਗਈ, ਅਤੇ ਹੁਣ ਲੋਕਾਂ ਦੇ ਸੱਚੇ ਹੋਣ ਦੇ ਬਾਰੇ ਮੈਂ FIR ਲਿਖਾਈ। FIR ਤਾਂ ਤੁਹਾਡੇ ਖਿਲਾਫ਼ ਹੋਣੀ ਚਾਹੀਦੀ, ਕਹਿ ਤੁਸੀਂ ਕਹੇ ਤਾਂ FIR ਵੀ ਤੁਸੀਂ, ਨਾਲੇ ਚੋਰ ਨਾਲੇ ਚੇਤਨ, ਦੋ ਗੱਲਾਂ ਤਾਂ ਨਹੀਂ ਹੋ ਸਕਦੀਆਂ। ਇਸ ਕਰਕੇ ਇਹ ਗੱਲ ਅਸੀਂ ਪਬਲਿਕ 'ਚ ਕੀਤੀ ਹੈ, ਕਿਉਂਕਿ ਮਸਲਾ ਇਹ ਕਚਹਿਰੀ 'ਚ ਵੀ ਜਾ ਸਕਦਾ ਸੀ, ਮਸਲਾ ਇਹ ਪੁਲਿਸ 'ਚ ਵੀ ਜਾ ਸਕਦਾ ਸੀ, ਮਸਲਾ ਵਿਮਨ ਕਮਿਸ਼ਨ 'ਚ ਵੀ ਜਾ ਸਕਦਾ ਸੀ, ਪਰ ਹੁਣ ਜਨਤਾ ਦੀ ਕਚਹਿਰੀ ਲੱਗੀ ਹੋਈ ਹੈ ਜਿਹਦਾ 1 ਤਰੀਕ ਨੂੰ ਲੋਕਾਂ ਨੇ ਫੈਸਲਾ ਕਰਨਾ। ਅਸੀਂ ਇਹ ਕੇਸ ਜਨਤਾ ਦੀ ਕਚਹਿਰੀ 'ਚ ਰੱਖਿਆ, ਜੋ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਜਿਹੜੇ ਬੰਦੇ ਧੀਆਂ ਭੈਣਾਂ ਨੂੰ ਸੰਬੋਧਨ ਕਿਸ ਤਰ੍ਹਾਂ ਕਰਨਾ, ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰਦੇ, ਇਹ ਪਾਰਲੀਮੈਂਟ ਵਿੱਚ ਜਾ ਕੇ ਕੀ ਕਰਨਗੇ? ਇਸ ਕਰਕੇ ਇੱਥੇ ਤਾਂ ਮੁੱਦੇ ਜਿਹੜੇ ਆ ਇਕੱਲੇ 1,000 ਰੁਪਏ ਤੱਕ ਨਹੀਂ ਸੀਮਿਤ ਰਹਿਗੇ, ਪਹਿਲਾਂ ਇੱਜ਼ਤ ਆ। ਹਰ ਬੰਦਾ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਸਭ ਤੋਂ ਪਹਿਲਾਂ ਉਹਦੇ ਵਾਸਤੇ ਇੱਜ਼ਤ ਹੈ, ਫਿਰ ਬਾਕੀ ਚੀਜ਼ਾਂ। ਸੋ ਇੱਕ ਸਵਾਲ ਜਿਹੜਾ, ਅਲਾਇੰਸ ਤੋਂ ਬਾਅਦ ਜੇ ਅਲਾਇੰਸ ਹੁਣ BJP ਔਰ ਅਕਾਲੀ ਦਲ ਦਾ ਨਹੀਂ ਰਿਹਾ, ਮੁਕਾਬਲਾ ਖਾਸ ਤੌਰ 'ਤੇ ਕਿਸ ਨਾਲ ਦੇਖ ਰਹੇ ਹੋ? ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਵੀ ਸਟਾਰ ਪ੍ਰਚਾਰਕ ਸੀਗੇ, ਇੱਥੋਂ ਹੋ ਕੇ ਗਏ ਨੇ, ਉਸ ਰੈਲੀ ਤੋਂ ਬਾਅਦ ਕੀ ਤੁਸੀਂ ਅਸਰ ਦੇਖ ਰਹੇ ਹੋ? ਕੀ ਆਉਣ ਵਾਲੇ ਦਿਨਾਂ 'ਚ ਦੇ ਵਿੱਚ ਜਿਹੜਾ ਇਸਦਾ ਅਸਰ ਕੋਈ ਦੇਖਣ ਨੂੰ ਮਿਲ ਸਕਦਾ ਪਾਰਟੀ ਦੇ? ਦੇਖੋ, BJP ਤੇ ਜੇ ਪ੍ਰਾਈਮ ਮਿਨਿਸਟਰ ਨੇ ਆਉਣਾ ਹੋਵੇ ਤਾਂ ਬੰਦੇ ਕਿਰਾਏ 'ਤੇ ਲੈ ਕੇ ਆਉਣੇ ਪੈਣ, ਅਤੇ ਫਿਰ ਕਾਹਦੇ ਤੁਸੀਂ ਸਟਾਰ ਪ੍ਰਚਾਰਕ ਰਹਿ ਗਏ ਅਤੇ ਕੀ ਗੱਲ ਹੋ ਗਈ? ਮੈਨੂੰ ਤਾਂ ਅਫਸੋਸ ਹੈ, ਸਾਨੂੰ ਕਹਿੰਦੇ ਅਸੀਂ ਬੰਦੇ ਭੇਜ ਦਿੰਦੇ ਵੀ ਪ੍ਰਧਾਨ ਮੰਤਰੀ ਨੇ,
ਅਤੇ ਫੈਕਟਰੀਆਂ ਦੇ ਵਿੱਚੋਂ ਲੇਬਰ ਤੁਸੀਂ ਕਿਰਾਇਆ 'ਤੇ ਲਿਆ ਕੇ ਪ੍ਰਧਾਨ ਮੰਤਰੀ ਦੇ ਅੱਗੇ ਬਿਠਾ ਰਹੇ ਹੋ ਅਤੇ ਉਹ ਸ਼ੋਭ ਬਣ ਜਾਂਦਾ। ਦੇਸ਼ ਦੇ ਪ੍ਰਧਾਨ ਮੰਤਰੀ ਸਾਨੂੰ ਦੱਸ ਦਿੰਦੇ ਸੀ ਪੁਰਾਣੇ, ਉਹਨਾਂ ਦੇ ਭਾਈਵਾਲਾ 80 ਬੰਦੇ ਭੇਜ ਦਿੰਦੇ ਉੱਥੇ। ਅਸੀਂ 8 ਰੈਲੀਆਂ ਕੀਤੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਸਭਾਏ, ਅਤੇ 8 ਦੇ ਵਿੱਚ ਦੇਖੋ ਕਿੰਨਾ ਠਾਠਾ ਮਾਰਦਾ ਇਕੱਠ। ਅਤੇ ਉਹਨਾਂ ਨੇ 3 ਲੋਕ ਸਭਾ ਹਲਕਿਆਂ ਦੀ ਰੈਲੀ ਕੀਤੀ ਅਤੇ ਉੱਥੇ ਵੀ ਤੁਹਾਨੂੰ ਬੰਦੇ ਕਿਰਾਇਆਂ 'ਤੇ ਲੈ ਕੇ ਆਉਣੇ ਪੈਣ। ਅਤੇ ਤੁਸੀਂ ਆਪੇ ਹਿਸਾਬ ਲਾ ਲਓ ਵੀ ਤੁਹਾਡਾ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਅਕਸ ਕੀ ਰਹਿ ਗਿਆ। ਬੀਜੇਪੀ ਦਾ ਤਾਂ ਕੋਈ ਨਾਂ ਸੁਣ ਕੇ ਹੀ ਪੰਜਾਬ ਦੇ ਵਿੱਚ ਇਸ ਵੇਲੇ ਰਚ, ਸਹੀ ਗੱਲ, ਕਿਉਂਕਿ ਜਿੰਨਾ ਜ਼ੁਲਮ ਇਹਨਾਂ ਨੇ ਕਿਸਾਨੀ 'ਤੇ ਕੀਤਾ, ਜਿੰਨਾ ਵਿਤਕਰਾ ਕੀਤਾ, ਜਿਵੇਂ ਉਹਨਾਂ ਦੇ ਹੱਕਾਂ 'ਤੇ ਬੇਇਨਸਾਫੀ ਕੀਤੀ, ਬੀਜੇਪੀ ਦਾ ਤਾਂ ਇੱਥੇ ਨਾ ਸੁਣਨ ਨੂੰ ਤਿਆਰ ਕੋਈ। ਖਾਸ ਤੌਰ 'ਤੇ ਸਰ ਮੁਕਾਬਲਾ ਕਿਸ ਪਾਰਟੀ ਨਾਲ ਹੁਣ ਇਸ ਸਮੇਂ ਦੇਖ ਰਹੇ ਹੋ, ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ, ਕਿਸ ਦੇ ਨਾਲ ਜਿਹੜਾ ਜ਼ਿਆਦਾ ਮੁਕਾਬਲਾ ਇਸ ਸਮੇਂ? ਦੇਖੋ ਗੱਲ ਇਹ ਹੈ ਕਿ ਸਾਡੇ ਸਾਹਮਣੇ 2 ਪਾਰਟੀਆਂ ਰਲ ਕੇ ਗੁਪਤ ਸਮਝੌਤਾ ਕਰਕੇ ਚੋਣ ਲੜ ਰਹੀ, ਆਮ ਆਦਮੀ ਪਾਰਟੀ ਅਤੇ ਕਾਂਗਰਸ। ਬਾਕੀ ਥਾਵਾਂ ਦੇ ਉੱਤੇ ਇਹਨਾਂ ਦਾ ਖੁੱਲ੍ਹਾ ਸਮਝੌਤਾ, ਸਾਡੇ ਇੱਥੇ ਗੁਪਤ ਸਮਝੌਤਾ। ਇਸ ਕਰਕੇ ਜਦੋਂ ਦੋਨੇ ਸਮਝੌਤਾ ਹੀ ਹੈ ਤਾਂ ਤੁਸੀਂ ਦੋਨਾਂ ਦੇ ਖਿਲਾਫ ਹੀ ਲੜ ਰਹੇ ਹੋ। ਕੀ SAD ਇਸ ਵਾਰ ਇੰਡੀਆ ਗਠਬੰਧਨ ਦੇ ਵਿੱਚ, ਕਿਉਂਕਿ ਜਿਹੜਾ NDA ਵਰਸਿਸ ਇੰਡੀਆ ਗਠਬੰਧਨ, ਸਾਰੀ ਪਾਰਟੀਆਂ ਇਕੱਠੀਆਂ ਹੋ ਚੁੱਕੀਆਂ ਨੇ ਸਿਵਾਏ SAD ਤੋਂ ਇਲਾਵਾ, ਅਸੀਂ ਤਾਂ ਸਮਰਥਨ ਆਉਣ ਵਾਲੇ ਦਿਨਾਂ 'ਚ ਕਿਸੇ ਨੂੰ ਦਿੱਤਾ? ਅਸੀਂ ਤਾਂ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਆਪਣੇ ਸਿੰਬਲ ਦੇ ਉੱਤੇ 13 ਦੇ 13 ਸੀਟਾਂ ਲੜ ਰਹੇ, ਔਰ ਅਸੀਂ ਆਪਣਾ ਏਜੰਡਾ ਸਪਸ਼ਟ ਕੀਤਾ ਹੋਇਆ ਕਿ ਅਸੀਂ ਸੂਬਿਆਂ ਨੂੰ ਵੱਧ ਅਧਿਕਾਰਾਂ ਵਾਸਤੇ ਗੱਲ ਕਰਾਂਗੇ, ਅਸੀਂ ਸਿੱਖ ਸੰਸਥਾਵਾਂ ਦੀ ਸ਼ਾਨ ਬਹਾਲ ਕਰਨ ਵਾਸਤੇ ਗੱਲ ਕਰਾਂਗੇ, ਅਸੀਂ ਕਿਸਾਨੀ ਦਾ ਮਸਲਾ ਹੱਲ ਕਰਨ ਵਾਸਤੇ ਗੱਲ ਕਰਾਂਗੇ, ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਗੱਲ ਕਰਾਂਗੇ। ਸਾਡਾ ਆਪਣਾ ਏਜੰਡਾ, ਅਸੀਂ ਉਹੀ ਏਜੰਡਾ ਲੈ ਕੇ ਆਪਣਾ ਜਿਹੜੀ ਵੀ ਸਰਕਾਰ ਦੇਸ਼ ਦੇ ਵਿੱਚ ਬਣੇਗੀ ਅਸੀਂ ਆਪਣਾ ਏਜੰਡਾ ਉਹਦੇ ਸਾਹਮਣੇ ਰੱਖਾਂਗੇ। ਸੋ ਰਵੀਕਰਨ ਸਿੰਘ ਕਾਹਲੋਂ ਪਾਰਟੀ ਤੋਂ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਦਿਖਾ ਦਿੱਤਾ ਗਿਆ, ਉਹਨਾਂ ਨੇ BJP ਜੁਆਇਨ ਕਰ ਲਈ, ਹੋਰ ਬਹੁਤ ਸਾਰੇ ਜਿਹੜੇ ਲੀਡਰ ਸੀਗੇ ਖਾਸ ਤੌਰ 'ਤੇ ਇਸ ਤਰ੍ਹਾਂ ਨਿਕਲੇ, ਕਿ ਇਸ ਦਾ ਅਸਰ ਕੁਛ ਦੇਖਦੇ ਹੋ ਪਾਰਟੀ ਦੇ ਜਾਂ ਕੋਈ ਫਰਕ ਨਹੀਂ ਇਸ ਦਾ? ਦੇਖੋ ਇੱਕ ਪੈਸੇ ਦਾ ਫਰਕ ਨਹੀਂ, ਰਵੀਕਰਨ ਸਿੰਘ ਗਿਆ ਅਤੇ 1 ਵੀ ਅਕਾਲੀ ਵਰਕਰ ਉਹਦੇ ਨਾਲ ਨਹੀਂ, ਅਤੇ ਜਿੱਦਣ ਦਾ ਗਿਆ ਹੁਣ ਅੱਗੋਂ ਉਹਨੂੰ ਕਿਸਾਨ ਭਜਾਈ ਜਾਂਦੇ ਆ। ਤੁਸੀਂ ਇਹ 2 ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਸੀ, ਤੁਸੀਂ ਦੇਖੋ ਵੀ ਕੀ ਹਾਲ ਕੀਤਾ। ਹੁਣ ਇਹਨਾਂ ਬੰਦਿਆਂ ਨੂੰ ਪਤਾ ਲੱਗੂਗਾ ਵੀ ਅਕਾਲੀ ਦਲ ਸ਼ਕਤੀ ਸੀ, ਨਾ ਕਿ ਇਹ ਲੋਕ ਅਕਾਲੀ ਦਲ ਨੂੰ ਸ਼ਕਤੀ ਦੇ ਰਹੇ ਸੀ। ਅਕਾਲੀ ਦਲ ਨੇ ਤਾਂ ਰੈਲੀ ਕੀਤੀ ਹੈ ਅਤੇ ਕਮਾਲ ਦਾ ਉੱਥੇ ਇਕੱਠ ਹੋਇਆ ਡੇਰੇ ਬਾਬਾ ਨਾਨਕ, ਅਤੇ ਜਿਹੜੇ ਭੱਜੇ ਸੀ ਉਹਨਾਂ ਦੇ ਨਾਲ ਹੁਣ ਸਿਕਿਉਰਿਟੀ ਵੀ ਨਹੀਂ ਖੜ੍ਹਦੀ ਪਈ, ਅੱਗੇ ਅੱਗੇ ਉਹ ਭੱਜੀ ਜਾਂਦੇ, ਪਿੱਛੇ ਪਿੱਛੇ ਸਿਕਿਉਰਿਟੀ ਭੱਜੀ ਜਾਂਦੇ। ਇਸ ਕਰਕੇ ਭਗੌੜਿਆਂ ਦਾ ਕੋਈ ਜ਼ਿਆਦਾ ਚੰਗਾ ਭਵਿੱਖ ਨਹੀਂ ਹੁੰਦਾ। ਇਹ ਸੱਚਾਈ ਰਵੀਕਰਨ ਸਿੰਘ ਦੀ ਜਿਹੜੀ ਹੈਗੀ, ਜੋ ਕੁਛ ਹੋਇਆ ਉਸ ਘਟਨਾਕ੍ਰਮ ਤੋਂ ਬਾਕੀਆਂ ਨੂੰ ਸਿੱਖਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਲਈ। ਸੋ ਡਾਕਟਰ ਦਲਜੀਤ ਸਿੰਘ ਚੀਮਾ ਜੀ ਸਾਡਾ ਮੌਜੂਦ ਸੀਗੇ, ਜਿਨ੍ਹਾਂ ਨੇ ਸਾਰੀ ਜਿਹੜੇ ਬਖੂਬੀ ਇਸ ਚੀਜ਼ ਦੇ ਜਵਾਬ ਦਿੱਤੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਚੋਣ ਮੈਨੀਫੈਸਟੋ ਕੀ ਸੀਗਾ, ਔਰ ਖਾਸ ਤੌਰ 'ਤੇ ਗਰੰਟੀਆਂ ਜਿਹੜੀਆਂ ਉਹਨਾਂ ਵੱਲੋਂ ਦਿੱਤੀਆਂ ਗਈਆਂ, ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਹੋ ਗਿਆ ਕਿ ਜਿਹੜੇ 4 ਤਰੀਕ ਨੂੰ ਲੋਕ ਦੇ ਹੱਕ ਦੇ ਵਿੱਚ ਫਤਵਾ ਦਿੰਦੇ। ਕੈਮਰਾ ਪਰਸਨ ਮੋਹਿਤ ਦੇ ਨਾਲ ਰੋਹਿਤ ਮਹਾਜਨ, ਡੇਲੀ ਪੋਸਟ ਪੰਜਾਬ, ਰਹਿਣਾ ਹਿਮਾਚਲ, ਗੁਰਦਾਸਪੁਰ।